ਹੋਰਨਾਂ ਸਿਆਸੀਆਂ ਪਾਰਟੀਆਂ ਵਾਂਗੂ ਆਮ ਆਦਮੀ ਪਾਰਟੀ ਵਿੱਚ ਵੀ ਖਿੱਚੋਤਾਣ ਸ਼ੁਰੂ ਹੋ ਗਈ ਹੈ। ਦਿੱਲੀ ਦੇ ਲਕਸ਼ਮੀ ਨਗਰ ਤੋਂ ਵਿਧਾਇਕ ਵਿਨੋਦ ਕੁਮਾਰ ਬਿੰਨੀ ਇੱਕ ਵਾਰ ਫਿਰ ਬਾਗੀ ਹੋ ਗਏ ਨੇ। ਉਹਨਾਂ ਕਿਹਾ ਹੈ ਕਿ ਜੋ ਮੁੱਦੇ ਪਾਰਟੀ ਨੇ ਜਨਤਾ ਵਿੱਚ ਐਲਾਨੇ ਸਨ ਉਹ ਅੱਜ ਪਾਰਟੀ ਦੇ ਏਜੰਡੇ ਤੋਂ ਕਾਫੀ ਪਿੱਛੇ ਰਹਿ ਗਏ ਨੇ। ਬਿੰਨੀ ਅੱਜ ਸਵੇਰੇ 11 ਵਜੇ ਇਸ ਮਸਲੇ ਤੇ ਪ੍ਰੈਸ ਕਾਨਫਰੰਸ ਕਰਨ ਜਾ ਰਹੇ ਨੇ। ਬਿੰਨੀ ਨੇ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਕੇਜਰੀਵਾਲ ਨੇ ਜਨਹਿਤ ਦੇ ਮਸਲਿਆਂ ਉੱਤੇ ਉਹਨਾਂ ਦੇ ਸਵਾਲਾਂ ਦਾ ਜਵਾਬ ਨਾ ਦਿੱਤਾ ਤਾਂ ਉਹ ਭੁੱਖ ਹੜਤਾਲ ਕਰਨਗੇ। ਕਿਆਸ ਲਗਾਏ ਜਾ ਰਹੇ ਨੇ ਕਿ ਲੋਕ ਸਭਾ ਟਿਕਟ ਨਾ ਮਿਲਣ ਕਾਰਨ ਬਿੰਨੀ ਕੇਜਰੀਵਾਲ ਤੋਂ ਨਾਰਾਜ਼ ਨੇ। ਸਰਕਾਰ ਬਣਨ ਤੋਂ ਪਹਿਲਾਂ ਜਦੋਂ ਮੰਤਰੀਆਂ ਦੇ ਨਾਂ ਤੈਅ ਹੋ ਰਹੇ ਸਨ ਤਾਂ ਉਦੋਂ ਵੀ ਬਿੰਨੀ ਨੇ ਬਾਗੀ ਤੇਵਰ ਦਿਖਾਏ ਸਨ, ਪਰ ਬਾਅਦ ਵਿੱਚ ਉਹਨਾਂ ਨੂੰ ਮਨਾ ਲਿਆ ਗਿਆ ਸੀ। ਜਿਸ ਮੁੱਦੋਂ ਕੇ ਆਧਾਰ ਪੇ ਮੈਂ ਇੱਕ ਪ੍ਰੈਸ ਕਾਨਫਰੰਸ ਕਰ ਰਹੇ ਹਾਂ, ਆਪ ਸਭ ਲੋਗੋਂ ਸੇ ਅਨੁਰੋਧ ਹੈ, ਆਪ ਆਈਏਗਾ, ਦੇਸ਼ ਕੀ ਜਨਤਾ ਕੋ ਔਰ ਦਿੱਲੀ ਕੀ ਜਨਤਾ ਕੋ ਜਾਗਰੂਕ ਕੀਜੀਏ। ਖਬਰਾਂ ਦੀ ਦੁਨੀਆ ਵਿੱਚ ਆਓ, ਸਾਡੇ ਨਾਲ ਕਦੇ ਵੀ ਤੇ ਕਿਤੋਂ ਵੀ ਜੁੜੋ। ਆਪਾਂ ਮਿਲਾਂਗੇ ਫੇਸਬੁੱਕ ਤੇ, ਅਸੀਂ ਦੇਖਾਂਗੇ ਯੂਟਿਊਬ ਤੇ, ਸਾਨੂੰ ਫੋਲੋ ਕਰੋ ਟਵਿੱਟਰ ਤੇ। ਖਬਰਾਂ ਨਾਲ ਜੁੜੇ ਰਹੋ ਦਿਨ ਰਾਤ।